ਅਸਲਾਮੁ ਅਲੈਕੁਮ ਜੀ, ਤੁਸੀਂ ਦੇਖ ਰਹੇ ਹੋ ਤੁਹਾਡਾ ਦੇਸ਼ ਪੰਜਾਬ ਟੀਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਰਮਜ਼ਾਨ। ਸਭ ਤੋਂ ਪਹਿਲੇ ਆਪਣੇ ਚੈਨਲ ਕਰੋ ਸਬਸਕ੍ਰਾਈਬ ਅਤੇ ਨਾਲ ਹੀ ਘੰਟੀ ਦੇ ਬਟਨ ਦਬਾਓ ਕਿ ਆਉਣ ਵਾਲੀ ਦਾ ਨੋਟੀਫਿਕੇਸ਼ਨ ਮੇਰੇ ਦੋਸਤਾਂ ਦੇ ਵੀਰਾਂ ਤੀਕਰ ਪਹੁੰਚੇ ਔਰ ਤੁਸੀਂ ਦੇਖੋ ਸਭ ਤੋਂ ਪਹਿਲੇ ਹਰ ਰੋਜ਼ ਦੀ ਨਿਸਬਤ ਅੱਛੇ ਔਰ ਖੂਬਸੂਰਤ ਜਾਨਵਰ ਤੁਹਾਡਾ ਵੀਰ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੁੰਦਾ। ਅੱਜ ਵੀ ਇੱਕ ਪਿਓਰ ਨੀਲੀ ਦੀ ਮੱਝ ਲੈ ਕੇ ਹਾਜ਼ਰ ਹੋਇਆ ਦੋਸਤਾਂ ਵੀਰਾਂ ਵਾਸਤੇ, ਜਿਹੜੀ ਕਿ ਮੇਰੇ ਦੋਸਤਾਂ ਵੀਰਾਂ ਦੇ ਸਾਹਮਣੇ ਤਸੱਲੀ ਨਾਲ ਜਾਨਵਰ ਦੇਖ ਲੈਣਾ। ਸੋਹਣਾ ਸੁਥਰਾ ਜਾਨਵਰ ਹੈ ਔਰ ਕੰਨਾਂ ਦੇ ਵਿੱਚ ਪਸ਼ਮ ਬੜੀ ਗਿੱਠ ਗਿੱਠ ਦੀ ਪਸ਼ਮ ਹੈ। ਸੋਹਣਾ ਸੁਥਰਾ ਜਾਨਵਰ, ਸਿੰਘ ਮਾਸ਼ਾਲਾ ਕਿੰਗਰੀ ਵਾਲਾ, ਅੱਖ ਕਾਲੀ ਮਾਸ਼ਾਲਾ, ਸੈਣਾਂ 'ਤੇ ਲਾਲ ਡੋਰੇ ਔਰ ਸੋਹਣਾ ਸੁਥਰਾ ਜਾਨਵਰ ਹੈ ਔਰ ਮੇਰੇ ਦੋਸਤਾਂ ਵੀਰਾਂ ਦੀ ਨਜ਼ਰ ਕਰ ਰਿਹਾ ਤੁਹਾਡਾ ਦੋਸਤ। ਹਰ ਚੀਜ਼ ਦੀ ਤਸੱਲੀ ਕਰ ਲੈਣੀ ਜਾਨਵਰ ਦੀ ਔਰ ਸੋਹਣਾ ਸੁਥਰਾ ਜਾਨਵਰ, ਤਾਜ਼ਾ ਸੂਈਏ, ਸੁਬਾਹ ਟਾਈਮ ਸੂਈਏ, ਮਗਰ ਇਹਦੇ ਕੱਟੀਏ ਅਤੇ ਚਵਾਈ ਇਹਦੀ ਹੋ ਚੁੱਕੀ ਹੈ। ਮਾਸ਼ਾਲਾ ਹਵਾਨਾ ਦੀ ਬੜੀ ਖੂਬਸੂਰਤ ਹੈ, ਥੱਬੇ ਦਾ ਹਵਾਨਾ ਹੈ ਮਾਸ਼ਾਲਾ, ਮੁੱਠ ਮੁੱਠ ਦਾ ਥਾਣ ਹੈ, ਸੋਹਣਾ ਸੁਥਰਾ ਥਾਣ ਹੈ ਔਰ ਪੱਟਾਂ ਦੇ ਵਿੱਚੋਂ ਆਪਣਾ ਦੇਖ ਲਓ ਹਵਾਨਾ ਬਾਹਰ ਹੈ ਫੁੱਟ ਫੁੱਟ ਔਰ ਸੋਹਣਾ ਸੁਥਰਾ ਜਾਨਵਰ ਵਾਲੇ ਚਵਾਈ ਹੋਈ ਹੈ। ਮਾਸ਼ਾਲਾ ਹਵਾਨਾ ਬਹੁਤ ਥੱਬੇ ਦਾ ਹਵਾਨਾ ਹੈ ਮਾਸ਼ਾਲਾ ਜਾਨਵਰ ਦਾ ਔਰ ਦੁੱਧ ਵਾਲਾ ਆਲਾ ਜਾਨਵਰ ਕੁਆਲਿਟੀ ਵਾਲਾ ਔਰ ਇਨਸ਼ਾਲਾ ਇਹਦੀ ਬਾਕੀ ਰੇਟ ਦੇ ਲਿਹਾਜ਼ ਨਾਲ ਹੀ ਮਾਲਕ ਨਾਲ ਗੱਲਾਂ ਕਰ ਲੈਣ ਤੁਹਾਨੂੰ ਹਵਾਨੇ ਦੀ ਤਸੱਲੀ ਕਰਵਾ ਦਿੰਦਾ ਕੈਮਰਾਮੈਨ। ਮਾਸ਼ਾਲਾ ਪਿਓਰ ਨੀਲੀ ਦੀ ਔਰ ਸੋਹਣੀ ਸੁਥਰੀ ਮਾਸ਼ਾਲਾ ਮਾਝੀ ਔਰ ਮੇਰੇ ਦੋਸਤਾਂ ਵੀਰਾਂ ਦੇ ਸਾਹਮਣੇ ਔਰ ਸੋਹਣਾ ਥਾਣ ਛੱਡਾ ਔਰ ਲੈਣੇ ਦੇਣੇ ਮੁਕੱਦਰ ਤੁਹਾਡਾ ਵੀਰ ਤੁਹਾਡੇ ਵਾਸਤੇ ਅੱਛੇ ਔਰ ਖੂਬਸੂਰਤ ਜਾਨਵਰ ਲੈ ਕੇ ਹਾਜ਼ਰ ਹੁੰਦਾ। ਤੁਹਾਡਾ ਦੇਸ਼ ਪੰਜਾਬ ਟੀਵੀ ਦੀ ਜ਼ੀਨਤ ਬਣਿਆ ਜਾਨਵਰ ਔਰ ਖੂਬਸੂਰਤ ਜਾਨਵਰ ਹੈ ਔਰ ਲੈਣੇ ਦੇਣੇ ਨਸੀਬ ਦੀ ਗੱਲ ਹੁੰਦੀ ਹੈ। ਧੁੰਨੀ ਘੋੜੀ ਬਿਲਕੁਲ ਕੋਈ ਨਹੀਂ ਔਰ ਸੈੜਾਂ ਦੀਆਂ ਵੰਡਾਂ ਦੇਖ ਲਓ ਔਰ ਮਾਸ਼ਾਲਾ ਵਿਰਲ ਪੂਰਾ ਔਰ ਇਸ ਟਾਈਮ ਚਵਾਈ ਹੋਈ ਹੋਈ ਹੈ ਔਰ ਮਾਸ਼ਾਲਾ ਬਾਕੀ ਤੁਹਾਡੀ ਨਜ਼ਰ ਹੈ ਦੋਸਤਾਂ ਵੀਰਾਂ ਦੀ, ਕਿਉਂਕਿ ਇਹ ਨਹੀਂ ਸਮਝਣਾ ਕਿ ਤੁਹਾਡਾ ਭਰਾ ਤਾਰੀਫਾਂ ਕੀਤੀਆਂ ਤਾਂ ਅੱਗੋਂ ਚੀਜ਼ ਕੋਈ ਨਹੀਂ ਹੈਗੀ। ਤੁਸੀਂ ਖੁਦ ਤਸੱਲੀ ਕਰਨੀ ਜਾਨਵਰ ਦੀ, ਕਿਉਂਕਿ ਜਾਨਵਰ ਮਾਸ਼ਾਲਾ ਮੇਰੇ ਦੋਸਤਾਂ ਵੀਰਾਂ ਦੇ ਸਾਹਮਣੇ ਕਰ ਦਿੱਤਾ, ਕਿਉਂਕਿ ਜਿਹੜੇ ਮੇਰੇ ਭਰਾ ਨੇ ਰੇਡ ਭਰਨਾ ਉਹ ਇਹਦੀ ਤਸੱਲੀ ਕਰ ਲਵੇ। ਚਾਰ ਚਫੇਰੇ ਕੈਮਰਾਮੈਨ ਸਭ ਤਸੱਲੀ ਕਰਾ ਦੇ ਇੱਕ ਅੱਡੀ ਦੀ, ਇਹ ਦੇਖ ਲਓ ਕੋਈ ਐਕਸਟਰਾ ਅੱਡੀ ਕੋਈ ਨਹੀਂ, ਪਿਓਰ ਨੀਲੀ ਦਾ ਜਾਨਵਰ ਹੈ, ਸੋਹਣਾ ਸੁਥਰਾ ਜਾਨਵਰ ਹੈ ਔਰ ਮੇਰੇ ਦੋਸਤਾਂ ਵੀਰਾਂ ਦੇ ਸਾਹਮਣੇ ਮਾਸ਼ਾਲਾ। ਬਾਕੀ ਜੋ ਇਹ ਮਿੱਟੀ ਹੈ ਸੋਨਾ ਹੈ ਉਹਨੂੰ ਤਸੱਲੀ ਨਾਲ ਚੈੱਕ ਕਰ ਲੈਣਾ ਮੇਰੇ ਦੋਸਤਾਂ ਵੀਰਾਂ ਨੇ, ਸੋਹਣਾ ਸੁਥਰਾ ਔਰ ਮਗਰ ਇਹਦੇ ਆ ਕੱਟੀਏ ਮਾਸ਼ਾਲਾ, ਕੱਟੀ ਬੜੀ ਖੂਬਸੂਰਤ ਹੈ, ਤਾਜ਼ਾ ਸੂਈਏ ਮਾਸ਼ਾਲਾ ਔਰ ਜਿੰਨਾ ਦਾ ਬੋਲਾ ਕੱਢਿਆ ਉਹ ਆਪਾਂ ਭਾਈ ਉਹਨਾਂ ਤੋਂ ਪੁੱਛ ਲੈਂਦੇ ਹਾਂ। ਇਹ ਮਗਰ ਕੱਟੀਏ ਐਂਡ ਟੋਰੋ ਜੀ, ਟੋਰੋ ਜੀ ਭਾਈ ਯਾਰ ਕਿਨਵੇਂ ਸੂਵੇ ਔਰ ਕੀ ਇਹਦੇ ਥੱਲੇ ਦੁੱਧ ਦੇ ਉਹ ਆਪਾਂ ਪੁੱਛ ਲੈਂਦੇ ਹਾਂ। ਪਿਛਲੇ ਸੂਵੇ ਕਿੰਨਾ ਦੁੱਧ ਸੀ ਅਤੇ ਹੁਣ ਇਨਸ਼ਾਲਾ ਦੁੱਧ ਕਿੰਨਾ ਕਰੇਗੀ, ਇਹ ਆਪਾਂ ਭਾਈ ਉਹਨਾਂ ਤੋਂ ਪੁੱਛ ਕਰ ਲੈਂਦੇ ਹਾਂ, ਤਸੱਲੀ ਕਰ ਲੈਂਦੇ ਜਾਨਵਰ ਦੀ, ਕਿਉਂਕਿ ਮੇਰੇ ਦੋਸਤਾਂ ਨੇ ਵੇਖਣਾ ਬਰੀਕ ਪੂਛ ਧਾਗੇ ਵਾਂਗੂ। ਸੋਹਣਾ ਸੁਥਰਾ ਜਾਨਵਰ ਹੈ, ਹਮੇਸ਼ਾ ਤੁਹਾਡਾ ਦੇਸ਼ ਪੰਜਾਬ ਟੀਵੀ ਦੀ ਕੋਸ਼ਿਸ਼ ਰਹੀ ਹੈ ਕਿ ਤੁਹਾਡੇ ਵੀਰਾਂ ਲਈ ਅੱਛੇ ਔਰ ਖੂਬਸੂਰਤ ਜਾਨਵਰ ਲੈ ਕੇ ਹਾਜ਼ਰ ਹੁੰਦਾ ਰਹੇ ਔਰ ਤੁਹਾਡਾ ਵੀਰ ਤੁਹਾਡੇ ਵਾਸਤੇ ਸਫ਼ਰ ਕਰਦਾ ਔਰ ਆਂਢ ਗੁਆਂਢ ਕਦੇ ਨਹੀਂ ਜਾਨਵਰ ਤੁਹਾਡੇ ਵੀਰ ਨੇ ਕਦੇ ਪਾਏ ਕਿ ਆਂਢ ਗੁਆਂਢ ਤੋਂ ਜਾਨਵਰ ਜਾ ਕੇ ਪਾ ਲਵੇ ਅਤੇ ਆਖੇ ਜੀ ਆਹ ਜਾਨਵਰ ਹੈ। ਮਾਸ਼ਾਲਾ ਤਾਜ਼ਾ ਸੂਈਏ, ਸੁਬਹਾ ਤੁਹਾਨੂੰ ਪਤਾ ਜਦੋਂ ਕੋਈ ਵੀ ਸ਼ੈ ਸੁਣਦੀ ਹੈ ਉਹ ਇੱਕ ਵਾਰੀ ਸੁਬਹਾ ਮਨਾਉਂਦੀ ਹੈ, ਇੱਕ ਵਾਰੀ ਤਾਜ਼ਾ ਸੂਈਏ ਹਾਲੇ ਕੋਈ ਦੋ ਚਾਰ ਦਿਨ ਮਜ਼ੀਦ ਇਹਨੂੰ ਖੁਰਾਕ ਖਾਵੇਗੀ, ਮੇਲਾ ਸ਼ਾਲਾ ਸੱਟੇਗੀ ਅਤੇ ਫਿਰ ਇਨਸ਼ਾਲਾ ਆਪਦੇ ਜੋਬਨ 'ਚ ਆਏਗੀ ਮੱਝ। ਬਾਕੀ ਨਸਲਜ਼ਾਤ ਤੁਹਾਡੇ ਸਾਹਮਣੇ, ਨਸਲਜ਼ਾਤ ਦੀ ਮਾੜੀ ਨਹੀਂ ਹੈ, ਕਿਉਂਕਿ ਪਿਓਰ ਨੀਲੀ ਦਾ ਜਾਨਵਰ ਹੈ ਔਰ ਨੀਲੀ ਰਾਵੀ ਦਾ ਨਹੀਂ ਹੈ, ਪਿਓਰ ਨੀਲੀ ਦੀ ਚੋਟੀ ਹੈ ਔਰ ਮਾਸ਼ਾਲਾ ਬਾਕੀ ਮੇਰੇ ਦੋਸਤਾਂ ਦੀ ਨਜ਼ਰ ਕਰ ਦਿੱਤੀ ਹੈ। ਮਾਸ਼ਾਲਾ ਕੱਟੀ ਦੇਖ ਲਓ ਔਰ ਸੋਹਣਾ ਸੁਥਰਾ ਜਾਨਵਰ ਹਮੇਸ਼ਾ ਤੁਹਾਡਾ ਦੇਸ਼ ਪੰਜਾਬ ਟੀਵੀ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੁੰਦਾ। ਬਾਕੀ ਸਾਰੀ ਗੱਲ ਭਾਈ ਹੋਰਾਂ ਨਾਲ ਕਰ ਲੈਂਦੇ ਹਾਂ, ਉਹਨਾਂ ਨੂੰ ਬੁਲਾ ਲੈਂਦੇ ਹਾਂ, ਉਹਨਾਂ ਕੋਲ ਸਾਰੀ ਗੱਲ ਦੀ ਤਫਸੀਲ ਪੁੱਛ ਲੈਂਦੇ ਹਾਂ ਕਿ ਇਹਦੇ ਥੱਲੇ ਆਪਣਾ ਦੁੱਧ ਕਿੰਨਾ ਕਰੇਗੀ ਔਰ ਮਾਸ਼ਾਲਾ ਹੁਣ ਚਵਾਈ ਹੋਈ ਹੋਈ ਹੈ ਇਸ ਟਾਈਮ, ਜਿਹੜੇ ਹਵਾਨੇ ਵੀ ਗੁਰੂ ਤਸੱਲੀ ਕਰਾ ਰਹੇ ਹੈ ਚਵਾਈ ਹੋਈ ਹੋਈ ਹੈ ਮਾਸ਼ਾਲਾ। ਅਸਲਾਮ ਵਾਲੇਕੁਮ ਭਾਈ ਜੀ।
ਜ਼ਿਮੀਦਾਰ ਬੰਦੇ ਆ, ਲੋੜ ਪਿੱਛੇ ਵੇਚਨੇ ਆ, ਲੇਕਿਨ ਜਿਹੜਾ ਬੰਦਾ ਲੈ ਗਿਆ ਇਨਸ਼ਾਅੱਲਾ ਯਾਦ ਕਰੇਗਾ, ਦੁੱਧ ਵੱਲੋਂ ਇਨਸ਼ਾਅੱਲਾ ਜਿਤਨਾ ਤੁਸੀਂ ਪਾਓਗੇ ਓਨਾ ਲਾਓਗੇ ਓਨਾ ਲਾਓਗੇ। ਹਾਂਜੀ, ਇਹ ਬਾਕੀ ਮੈਨੂੰ ਭਾਈ ਦੱਸ ਦੇਣਾ ਕਿ ਇਹਦਾ ਬੋੜਾ ਕਿੰਨਾ ਕੱਢਿਆ ਆਪਾਂ? ਇਹਦਾ ਭਾਈਜਾਨ ਬੋੜਾ ਪਹਿਲਾਂ ਜਿਹੜਾ ਅੱਜ ਕੱਢਿਆ 7 ਤੋਂ 8 ਕਿਲੋ ਕੱਢਿਆ, 7 ਤੋਂ 8 ਕਿਲੋ ਕੱਢਿਆ ਮੁਕੰਮਲ ਚੋਲ ਹੀ ਨਹੀਂ, ਮਕਸਦ ਕੋਈ ਥੋੜ੍ਹੀ ਜਿਹੀ ਛੱਡ ਦਿੱਤੀ ਹੈ, ਬਾਕੀ ਦੋ ਥਣ ਬੱਚੇ ਨੂੰ ਛੱਡਦੇ ਨੇ, ਪਿਛਲੇ ਥਣ ਚੋਲ ਹੈ ਚੋਲ ਹੈ। ਅਤੇ ਪਿਛਲੇ ਸੂਏ ਕਿੰਨਾ ਦੁੱਧ ਕਰਦੇ ਜੀ ਆਪਣੇ? ਪਿਛਲੇ ਸੂਏ ਜੀ ਇਹਦਾ ਅਸੀਂ 7-8 ਟਾਈਮ ਦਾ ਚੋਲ ਟਾਈਮ ਦਾ ਜੀ, ਮੈਂ 16-17-18 ਇਨਸ਼ਾਅੱਲਾ ਇਹਨੂੰ ਵਧਣਾ ਚਾਹੀਦਾ, ਲੇਕਿਨ ਇਸ ਵਜ੍ਹਾ ਤੋਂ ਵੀ ਤੀਸਰੇ ਪੇਟ ਐਤਕੀ ਵਧੇ ਦੀ ਦੁੱਧ ਸਿਰ ਦੋ ਸਿਰ ਅੱਗੇ ਨਾਲ ਵੱਧ ਦੇ ਜੀ ਵੱਧ ਦੇ। ਅਤੇ ਆਪਣਾ ਨੀਲੀ ਦੀ ਇਹ ਰਾਵੀ ਦੀ ਇਹਦੀ ਨਸਲ ਜ਼ਾਤ ਕੀ ਜਾਂਦੀ ਆ ਭਾਈਜਾਨ? ਤੁਸੀਂ ਇੱਥੇ ਖੜ੍ਹੇ ਜੇ ਸਾਡੇ ਕੋਲ, ਅਸੀਂ ਨੀਲੀ ਦੇ ਬੰਦੇ ਹਾਂ, ਨੀਲੀ ਦੀ ਮੱਝ ਹੈ, ਨੀਲੀ ਦੇ ਅਸੀਂ ਰਹਿੰਦੇ ਹਾਂ, ਘਰ ਦੀ ਸਾਡੀ, ਮੈਂ ਖਾਸ ਨੀਲੀ ਦੀ ਇਹਦਾ ਚਵਾ ਕਿਸ ਤਰ੍ਹਾਂ ਹੈ ਆਪਣਾ ਸੋਹਣਾ ਚਵਾ? ਮਾਸ਼ਾਅੱਲਾ ਜੀ 2.5-3 ਕਿਲੋ ਗਾੜੀ ਸਾਰੀ, ਮਾਸ਼ਾਅੱਲਾ ਬਾਲ ਪਾ ਦੇ, ਬੁੜੀ ਪਾ ਦੇ, ਇਨਸ਼ਾਅੱਲਾ ਪੋਲੀ ਚਵਾਈ ਹੈ, ਕੋਈ ਛੱਟਾ ਨਹੀਂ, ਕੋਈ ਪਾਰਾ ਨਹੀਂ, ਗੁੱਠੇ ਗੁੱਠੇ ਜਿਹੜੀ ਆਵੇ। ਸੀਲ ਜਾਨਵਰ ਹੈ, ਸੀਲ ਜਾਨਵਰ, ਮਸਲ ਕੋਈ ਔਰਤਾਂ ਵੀ ਚੋ ਸਕਦੀਆਂ, ਕੋਈ ਮਰਜ਼ੀ ਚੋ, ਘਰ ਦੇ ਵਿੱਚ ਰੱਖਣ ਵਾਲਾ, ਭੈਣ ਚੋਵੇ, ਭਰਾ ਚੋਵੇ, ਲੇਕਿਨ ਪੋਲੀ ਪੋਲੀ। ਤੇ ਭਾਈਜਾਨ ਇਹਦੇ ਥਣਾਂ ਦੀ ਗਰੰਟੀ ਹੈ, ਇਹਦੇ ਹਵਾਲੇ ਦੀ, ਆਪਣਾ ਪਿੱਛੇ ਦੀ, ਜੇ ਅਗਰ ਪਿੱਛਾ ਕੱਢ ਦੀ ਤਾਂ ਵੀ ਆਪਣੇ ਬੂਹੇ ਤੇ ਆ ਜਾਣੀ ਹੈ, ਜੇ ਥਣਾਂ ਦੇ ਵਿੱਚ ਕੋਈ ਵਾਧਾ ਘਾਟ ਹੈ ਇਹ ਤਾਂ ਆਪਾਂ ਤਸੱਲੀਆਂ ਦੇਣੀਆਂ ਨੇ ਨਾ, ਇਹ ਆਪਣੀਆਂ ਪਾਉਂਦੀਆਂ ਨੇ, ਬਾਕੀ ਜਿਹੜਾ ਦੁੱਧ ਉਹ ਨਸੀਬ ਦੀ ਗੱਲ ਹੈ, ਦੁੱਧ ਪੁੱਤਰ ਨਸੀਬ ਦੀ ਗੱਲ ਹੁੰਦੀ ਹੈ, ਕਿਉਂਕਿ ਜਾਨਵਰ ਨੂੰ ਕੇਅਰ ਜਿਵੇਂ ਬੰਦਾ ਕਰਦਾ ਓਨਾ ਇਹਦੇ ਥੱਲੋਂ ਦੁੱਧ ਲੈ ਲਿਆ, ਹੁਣ ਕੁਛ ਪਾਵੇ ਨਾ ਤੇ ਆਖੇ ਯਾਰ ਇਹ ਤਾਂ ਇੰਨਾ ਦੁੱਧ ਨਹੀਂ ਦਿੰਦਾ। ਜਿਹੜਾ ਬੰਦਾ ਇਹਨੂੰ ਘਰ ਲੈ ਗਿਆ ਨਾ, ਤਸੱਲੀ ਅੱਲਾ ਦੇ ਹੁਕਮ ਨਾਲ, ਜ਼ਿੰਦਗੀ 'ਚ ਤੁਹਾਨੂੰ ਆਖੇ ਦਾ ਵੀ ਇਹਦੇ ਨਾਲ ਦੀ ਮੱਝ ਸਾਨੂੰ ਹੋਰ ਲਿਆ ਦੇ, ਸਾਡੀ ਇਹ ਕੱਟੀਆਂ ਹੁੰਦੀਆਂ ਘਰ ਦੀ ਨਸਲ ਹੈ। ਅੱਛਾ, ਘਰ ਦੀ ਆਪਣੀ ਨਸਲ ਹੈ, ਘਰ ਦੀ ਨਸਲ ਜ਼ਿਆਦਾ ਆਪਣੇ ਘਰ ਦੀ, ਲੇਕਿਨ ਅਸੀਂ ਨਾ ਵਪਾਰ ਦੀ ਨਾ ਅਸੀਂ ਵਪਾਰ ਕਰਨੇ, ਆਪਣੀ ਘਰ ਦੀ, ਘਰ ਦੀ ਕੱਟੀਏ, ਉਹਦੇ ਤੋਂ ਆਪਣੀ ਮੱਝ ਬਣੀ, ਤੀਸਰਾ ਸੁਭਾਅ ਆਪਣੇ ਘਰ ਸੇ। ਅਤੇ ਪਾਏ ਜਾਣੇ ਦਾ ਜਿਹੜਾ ਆਪਾਂ ਮੁੱਲ ਲੈ ਲੈਣਾ ਨਾ, ਪੱਕਾ ਜਿਹਾ ਰੇਟ ਕਰਨਾ, ਪੱਕਾ ਇਹਦਾ ਪਾਏ ਜਾਣ 3 ਲੱਖ ਰੁਪਇਆ ਰੇਟ ਹੈ ਭਾਈਜਾਨ, ਬਹੁਤ ਜ਼ਿਆਦਾ ਰੇਟ ਨਹੀਂ ਕਰਦਾ। ਮੱਝ ਆਪਣੀ ਬਹੁਤ ਚੰਗੀ, ਇਨਸ਼ਾਅੱਲਾ ਜਿਹੜੇ ਬੰਦੇ ਨੂੰ ਤੁਸੀਂ ਦਿੱਤੀ ਲੈ ਗਏ, ਅੱਲਾ ਦੇ ਕੋਲ ਯਾਦ ਨਹੀਂ ਭਾਈਜਾਨ, ਮੁਹੱਬਤ ਪਿਆਰ ਕਰੋ। ਨਹੀਂ ਵੇਖੀ ਤੁਸੀਂ, ਨਹੀਂ ਵੇਖੋ ਨਾ, ਵੇਖੋ ਨਾ, ਚੀਜ਼ ਦਾ ਰੇਟ ਆਪਾਂ ਲੈਣਾ ਹੈ, ਹੁਣ ਜਿਹੜੀ ਚੀਜ਼ ਆਪਾਂ ਨੂੰ ਦਿੱਖ ਦੇ ਰਹੀ ਦਿਖਾ ਰਹੀ ਹੈ ਆਪਾਂ ਉਹ ਹਿਸਾਬ ਨਾਲ ਰੇਟ ਕਰਨਾ, ਐਵੇਂ ਉਹ ਗੱਲ ਨਹੀਂ ਕਰਨੀ, ਮੈਂ ਤਾਂ 3 ਦੀ ਦੇਣੀ ਹੈ, ਕੋਈ ਕੱਟੋ ਥੱਲੇ ਆਓ, 5-10 ਹਜ਼ਾਰ ਰੁਪਇਆ ਤੁਹਾਡੀ ਮੁਹੱਬਤ ਕਰ ਲਾਂਗੇ, ਲੇਕਿਨ ਰੇਟ ਸਾਡਾ ਕਿੰਨਾ ਕਰੋਗੇ? ਮੁਹੱਬਤ 90 ਦੀ 2, 90 ਦੀ 3, ਨਹੀਂ ਹੋਰ ਨਹੀਂ, ਨਹੀਂ ਨਹੀਂ ਇਸ ਤਰ੍ਹਾਂ ਨਹੀਂ ਕਰੀ, ਅਸੀਂ ਕਸਮ ਨਹੀਂ ਪਾਈ ਹੁੰਦੀ, ਕਿਉਂਕਿ ਜਾਨਵਰ ਨੂੰ ਆਪਣੇ ਘਰ ਦਾ ਜਾਨਵਰ ਹੈ, ਕਸਮ ਨਹੀਂ ਪਾਣੀ, ਹੋਰ ਕੋਈ ਮੁਹੱਬਤ ਪਿਆਰ ਕਰੋ, ਨਹੀਂ ਨਹੀਂ ਆਜ਼ਾਦ ਹੈ, ਹੋਰ ਕੋਈ ਕਰੋ, ਨਹੀਂ ਨਹੀਂ ਅਸੀਂ ਸਾਰਾ ਦਿਨ ਨਾ ਬਾਹਰ 'ਚ ਰਹਿੰਦੇ ਹਾਂ, ਸਾਨੂੰ ਵੀ ਜਾਨਵਰਾਂ ਦਾ ਬੜਾ ਪਤਾ ਹੈ ਕਿ ਕੋਈ ਕਿੰਨੇ ਦੀ ਚੀਜ਼, ਉਹ ਸਾਨੂੰ ਸਾਰਾ ਇਲਮ ਹੁੰਦਾ, ਤੁਸੀਂ ਜਿੰਨਾ ਮਰਜ਼ੀ ਰੇਟ ਕੀਤੀ ਹੈ ਉਹ ਕਿਸੇ ਨੇ ਦੇ ਨਹੀਂ ਦੇਣਾ, ਮੇਰੇ ਭਰਾ ਨੇ ਮੁਹੱਬਤ ਪਿਆਰ ਵਾਲਾ ਰੇਟ, ਹੋਰ ਕੋਈ ਕਮੀ ਕਰੋ, ਨਹੀਂ ਚਲੋ 2.85 ਦੀ ਮੈਂ ਤੁਸੀਂ ਲੈ ਜਾਓ, ਜਿੱਦ ਕੀਤੀ ਖਲੇ ਜੇ ਤੁਹਾਡੀ ਜੀ ਦੇ ਮੁਹੱਬਤ ਹੈ ਯਾਰ, ਕੋਈ ਹੋਰ ਥੱਲੇ ਆ ਭਾਈਜਾਨ, ਇਸ ਤੋਂ ਥੱਲੇ ਨਹੀਂ ਆਉਂਦੇ, ਜੇ ਤੁਸੀਂ ਫਾਈਨਲ ਇਹ ਵੀ 2,80,000 ਦੀ ਤੁਹਾਨੂੰ ਮੈਂ ਦਿਆਂਗੇ, ਚੰਗੀ ਲੱਗੇ 2 ਦਿਨ 3 ਦਿਨ 4 ਜਿਹੜੀਆਂ ਤੁਹਾਨੂੰ ਗੱਲਾਂ ਦੱਸੀਆਂ ਨੇ, ਅਗਰ ਸਾਡੀਆਂ ਗੱਲਾਂ ਹੋਣ ਪੂਰੀਆਂ ਤਾਂ ਸਾਨੂੰ ਪੈਸੇ ਦੇ ਦਿਆ, ਜੇ ਨਾ ਹੋਣ ਤਾਂ ਨਾ ਦਿਆ ਜੀ, 8-9 ਕਿਲੋ ਸਾਡੀ ਮੈਂ 2,80,000 ਚ ਵੀ ਆਪਾਂ ਨੂੰ ਹੋ ਜਾਏਗੀ, ਨਹੀਂ ਹੋਣੀ, ਲੇਕਿਨ ਤੁਹਾਡੀ ਮੁਹੱਬਤ ਨਾਲ ਆਖਿਆ ਸਾਨੂੰ ਲੋੜ ਹੈ, ਲੋੜ ਦੀ ਵਜ੍ਹਾ ਹੁਣ ਜ਼ਿੱਦ ਨਾ ਕਰੋ, ਕੋਈ ਮੁਹੱਬਤ ਪਿਆਰ ਹੋਵੇਗੀ ਨਾ 2-80 ਦੇ ਵਿੱਚ, ਨਹੀਂ ਉਹ ਕੋਈ 1,500 ਦੀ ਕਸਮ ਨਹੀਂ ਖਾਧੀ ਜਾਂਦੀ, ਲੇਕਿਨ ਕਸਮ ਤੋੜਾਉਣ ਵਾਲੀ ਗੱਲ ਹੈ, ਇਸ ਤੋਂ ਚਲੋ ਮਿਹਰਬਾਨੀ ਕੋਈ ਕਰਨੀ ਮੁਹੱਬਤ, ਅੱਲਾ ਖੈਰ ਕਰੇ।
280,000 ਰੁਪਇਆ ਜੀ ਇਹਦੀ ਕੀਮਤ ਹੈ, 3,00,000 ਡਿਮਾਂਡ ਕਰਦੇ ਜਿਹਦੇ ਚੋਂ ਆਪਾਂ ਨੂੰ 2,80,000 ਦੇ ਪਾਈ ਜਾਂਦੇ ਦਿਆਂਗੇ, ਬਾਕੀ ਮੁਹੱਬਤ ਪਿਆਰ ਆਪਾਂ ਜ਼ਰੂਰ ਭਾਈ ਹੋਰਾਂ ਤੋਂ ਕਰਵਾ ਲਾਂਗੇ ਜੋ ਹੋ ਸਕੀ ਦੋਸਤਾਂ ਦੇ ਨਾਲ। ਬਾਕੀ ਦੁੱਧ ਦੀ ਗਰੰਟੀ ਇਨਸ਼ਾਅੱਲਾਹ ਦੇ ਹੋ 18 ਕਿਲੋ 2 ਟਾਈਮ ਇਨਸ਼ਾਅੱਲਾਹ 2 ਟਾਈਮ ਬੜੀ ਗੱਲ ਬਾਕੀ ਤਸੱਲੀ ਕਰ ਲੈਣੀ ਜਾਨਵਰ ਦੀ ਤੇ ਸਾਡਾ WhatsApp ਨੰਬਰ ਹੈ 0340 ਸਾਡਾ WhatsApp ਨੰਬਰ ਹੈ ਰਾਬਤਾ ਨੰਬਰ ਹੈ ਈਮੋ ਨੰਬਰ ਹੈ ਕੋਈ ਮੇਰਾ ਦੋਸਤ ਵੀ ਲੈਣਾ ਚਾਹੁੰਦਾ ਉਹ ਸਾਡੇ ਨਾਲ ਰ
ਤੁਹਾਡੇ ਵਾਸਤੇ ਅੱਛੇ ਔਰ ਖੂਬਸੂਰਤ ਜਾਨਵਰ ਲੈ ਕੇ ਹਾਜ਼ਰ ਹੁੰਦਾ। ਅੱਜ ਵੀ ਮਾਸ਼ਾਅੱਲਾ ਪਿਓਰ ਨੀਲੀ ਦੀ ਮੱਝ ਲੈ ਕੇ ਤੁਹਾਡਾ ਵੀਰ ਹਾਜ਼ਰ ਹੈ। ਮੈਂ ਉਮੀਦ ਕਰਨਾ ਮੇਰੇ ਦੋਸਤਾਂ ਨੂੰ ਮੇਰੀ ਅੱਜ ਵਾਲੀ ਵੀਡੀਓ ਪਸੰਦ ਆਏਗੀ। ਅਗਰ ਪਸੰਦ ਆਵੇ ਲਾਈਕ ਅਤੇ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਿਆ ਭਾਈ। ਆਪਣੀ ਸੋਧਾ ਜ਼ਰੂਰ ਇਜ਼ਹਾਰ ਕਰੇ ਜੋ ਇਸ ਵੀਡੀਓ ਨਾਲ ਦੇ ਮੇਜ਼ਬਾਨ ਮੁਹੰਮਦ ਰਮਜ਼ਾਨ ਦੇ ਜਾਸ। ਅਗਲੀ ਵੀਡੀਓ ਨਾਲ ਤੁਹਾਨੂੰ ਮਿਲਾਂਗੇ। ਅੱਲਾ ਨੇ ਨਿਗਹਿਬਾਨ। ਪਾਕਿਸਤਾਨ ਜ਼ਿੰਦਾਬਾਦ।